ਸੇਮ ਨਾਲੇ ਦੇ ਕੰਡੇ ਤੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ। ਉੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 3 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦੀ ਕਿਸੇ ਦੇ ਨਾਲ ਲੜਾਈ ਹੋਈ ਸੀ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਅਤੇ ਰਾਤ ਦੇ ਸਮੇਂ ਜਦੋਂ ਇਹ ਗਾਇਬ ਹੋਇਆ ਤਾਂ ਇਸ ਦੀ ਕਾਫ਼ੀ ਥਾਂ ਦੇ ਉੱਤੇ ਭਾਲ ਕੀਤੀ ਗਈ, ਪਰ ਇਹ ਨਹੀਂ ਮਿਲਿਆ। ਹੁਣ ਇਸ ਦੀ ਲਾਸ਼ ਜੋ ਹੈ ਉਹ ਸੇਮ ਨਾਲੇ ਦੇ ਕੰਢੇ ਤੋਂ ਮਿਲੀ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਰੋਡ ਦੇ ਉੱਤੇ ਹੀ ਜਾਮ ਲਗਾ ਦਿੱਤਾ ਗਿਆ ਅਤੇ ਜਾਮ ਨੂੰ ਖੁਲਵਾਉਣ ਦੇ ਲਈ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਡ 'ਤੇ ਜਾਮ ਲਗਾਇਆ ਗਿਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਅਤੇ ਫਿਰ ਲਾਸ਼ ਨੂੰ ਸੇਮ ਨਾਲੇ ਦੇ ਕਿਨਾਰੇ 'ਤੇ ਸੁੱਟ ਦਿੱਤਾ ਗਿਆ। ਉੱਥੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 10 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਸਾਨੂੰ ਮੇਰੇ ਭਰਾ ਦਾ ਪਤਾ ਨਹੀਂ, ਕੋਈ ਮਾਰ ਕੇ ਛੱਡ ਗਿਆ। ਅੱਜ ਸਾਨੂੰ 12 ਵਜੇ ਪਤਾ ਲੱਗਿਆ, ਅੱਜ ਦੁਪਹਿਰੇ 12:30 ਪਤਾ ਲੱਗਿਆ। ਹੁਣ ਕੀ ਕੀਤਾ ਜਾ ਰਿਹਾ? ਹੁਣ ਧਰਨਾ ਲਾਇਆ ਜਾ ਰਿਹਾ, ਸਾਡੀ ਕਾਰਵਾਈ ਨਹੀਂ ਕਰ ਰਹੇ। ਕਿਸ ਤਰ੍ਹਾਂ ਦੀ ਸਰਕਾਰ ਬਈ ਮੰਗਦੇ ਹੋ ਤੁਸੀਂ? ਅਸੀਂ ਵੀ ਸਾਨੂੰ ਸਾਥ ਦੇ। ਪੁਲਿਸ ਦੇ ਵੱਲੋਂ ਰੇਡ ਕਰਨ ਜਾਇਆ ਨਹੀਂ ਗਿਆ ਸੀ ਜੀ? ਨਹੀਂ ਗਿਆ ਸੀ, ਪਛਾਣ ਹੈ ਜੀ। ਪੋਸਟਮਾਰਟਮ ਹੋ ਗਿਆ ਜੀ? ਹਾਂਜੀ, ਪੋਸਟਮਾਰਟਮ ਕੀ ਹੈ, ਕੀ ਮਾਮਲਾ ਹੈ, ਕੀ ਪੂਰਾ? ਕਿੰਨੇ ਕੁੱਟਿਆ ਜੀ? ਲੜਾਈ ਇੱਕ ਨਾ ਅਣਪਛਾਤੀ ਡੈਡ ਬੋਡੀ ਮਿਲੀ ਸੀਗੀ, ਉਹਨਾਂ ਨੇ ਵਾਪਸ ਪਿੱਛੇ ਆ ਕੇ ਉਹ ਕਹਿੰਦੇ ਵੀ ਇਸ ਤਰ੍ਹਾਂ ਇਹ ਜਿਹੜੀ ਡੈਡ ਬੋਡੀ ਮਿਲੀ ਹੈਗੀ ਹੈ ਇਹ ਮਤਲਬ ਡੈਥ ਨਹੀਂ ਹੈਗੀ, ਇਹ ਹੱਤਿਆ ਹੈਗੀ। ਉਸੇ ਕਹਿੰਦੇ ਸੀਗੇ ਵੀ ਮੁਕੱਦਮਾ ਦਰਜ ਕੀਤਾ, ਜਿਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਅਤੇ ਜਿਹੜਾ ਹੈਗਾ ਟ੍ਰੈਫਿਕ ਖੋਲਿਆ ਗਿਆ। ਗੱਲਬਾਤ ਇਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਵੀ ਸਵੇਰੇ ਤੁਹਾਡੀ ਜਿਹੜੀ ਕਾਰਵਾਈ ਹੈਗੀ ਕਾਨੂੰਨੀ ਕੀਤੀ ਜੋ ਰਾਜੀਨਾਮਾ ਹੋ ਚੁੱਕਿਆ, ਹੁਣ ਕੋਈ ਗੱਲ ਸਾਹਮਣੇ ਨਹੀਂ ਆਈ। ਉਸ ਵਕਤ ਭੇਜਿਆ ਨੀ ਗਾ, ਪੁਲਿਸ ਪਾਰਟੀ ਮੈਂ ਭੇਜੀ ਜਾਂ ਰੇਡ ਕੀਤਾ ਵਾ। ਸੇਮ ਨਾਲੇ ਦੇ ਕੰਢੇ ਤੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ। ਉੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 3 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦੀ ਕਿਸੇ ਦੇ ਨਾਲ ਲੜਾਈ ਹੋਈ ਸੀ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਅਤੇ ਰਾਤ ਦੇ ਸਮੇਂ ਜਦੋਂ ਇਹ ਗਾਇਬ ਹੋਇਆ ਤਾਂ ਇਸ ਦੀ ਕਾਫ਼ੀ ਥਾਂ ਦੇ ਉੱਤੇ ਭਾਲ ਕੀਤੀ ਗਈ, ਪਰ ਇਹ ਨਹੀਂ ਮਿਲਿਆ। ਹੁਣ ਇਸ ਦੀ ਲਾਸ਼ ਜੋ ਹੈ ਉਹ ਸੇਮ ਨਾਲੇ ਦੇ ਕੰਢੇ ਤੋਂ ਮਿਲੀ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਰੋਡ ਦੇ ਉੱਤੇ ਹੀ ਜਾਮ ਲਗਾ ਦਿੱਤਾ ਗਿਆ ਅਤੇ ਜਾਮ ਨੂੰ ਖੁਲਵਾਉਣ ਦੇ ਲਈ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਡ 'ਤੇ ਜਾਮ ਲਗਾਇਆ ਗਿਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਅਤੇ ਫਿਰ ਲਾਸ਼ ਨੂੰ ਸੇਮ ਨਾਲੇ ਦੇ ਕਿਨਾਰੇ 'ਤੇ ਸੁੱਟ ਦਿੱਤਾ ਗਿਆ। ਉੱਥੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 10 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਸਾਨੂੰ ਮੇਰੇ ਭਰਾ ਦਾ ਪਤਾ ਨਹੀਂ, ਕੋਈ ਮਾਰ ਕੇ ਛੱਡ ਗਿਆ। ਅੱਜ ਸਾਨੂੰ 12 ਵਜੇ ਪਤਾ ਲੱਗਿਆ, ਅੱਜ ਦੁਪਹਿਰੇ 12:30 ਪਤਾ ਲੱਗਿਆ। ਹੁਣ ਕੀ ਕੀਤਾ ਜਾ ਰਿਹਾ? ਹੁਣ ਧਰਨਾ ਲਾਇਆ ਜਾ ਰਿਹਾ, ਸਾਡੀ ਕਾਰਵਾਈ ਨਹੀਂ ਕਰ ਰਹੇ।
ਕਿਸ ਤਰ੍ਹਾਂ ਦੀ ਸਰਕਾਰ ਬਈ ਮੰਗਦੇ ਹੋ ਤੁਸੀਂ? ਅਸੀਂ ਵੀ ਸਾਨੂੰ ਸਾਥ ਦੇ ਪੁਲਿਸ ਦੇ ਵੱਲੋਂ ਰੇਡ ਕਰਨ ਜਾਇਆ ਨਹੀਂ ਗਿਆ ਸੀ ਜੀ? ਨਹੀਂ ਗਿਆ ਸੀ ਜੀ, ਪਛਾਣ ਹੈ ਜੀ। ਇਹ ਪੋਸਟਮਾਰਟਮ ਹੋ ਗਿਆ ਜੀ? ਹਾਂਜੀ, ਪੋਸਟਮਾਰਟਮ ਕੀ ਹੈ, ਕੀ ਮਾਮਲਾ ਹੈ, ਕੀ ਪੂਰਾ? ਕਿੰਨੇ ਕੁੱਟਿਆ ਜੀ? ਲੜਾਈ ਹੋਈ ਸਾਨੂੰ ਚਾਰ ਪੰਜ ਦਿਨ ਪਹਿਲਾਂ ਵੀ ਤੁਹਾਡੀ ਸਾਨੂੰ ਪਹਿਲਾਂ ਸਮਝਿਆ ਦੋ ਕੇ ਇੱਕ ਨਾ ਅਣਪਛਾਤੀ ਡੈਡ ਬੋਡੀ ਮਿਲੀ ਸੀਗੀ, ਉਹਨਾਂ ਨੇ ਵਾਪਸ ਪਿੱਛੇ ਆ ਕੇ ਉਹ ਕਹਿੰਦੇ ਵੀ ਇਸ ਤਰ੍ਹਾਂ ਇਹ ਜਿਹੜੀ ਡੈਡ ਬੋਡੀ ਮਿਲੀ ਹੈਗੀ ਹੈ ਇਹ ਮਤਲਬ ਡੈਥ ਨਹੀਂ ਹੈਗੀ, ਇਹ ਹੱਤਿਆ ਹੈਗੀ। ਉਸੇ ਕਹਿੰਦੇ ਸੀਗੇ ਵੀ ਮੁਕੱਦਮਾ ਦਰਜ ਕੀਤਾ ਜਿਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਅਤੇ ਜਿਹੜਾ ਹੈਗਾ ਟ੍ਰੈਫਿਕ ਖੋਲਿਆ ਗਿਆ। ਗੱਲਬਾਤ ਇਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਵੀ ਸਵੇਰੇ ਤੁਹਾਡੀ ਜਿਹੜੀ ਕਾਰਵਾਈ ਹੈਗੀ ਕਾਨੂੰਨੀ ਕੀਤੀ ਜਾਊ, ਕਰਨੀ ਖੇੜਾ ਵਿਸ਼ਵਾਸ ਦਵਾਇਆ ਗਿਆ ਜਿਹੜੇ ਜਿਹੜੇ ਬੰਦਿਆਂ ਤੁਹਾਨੂੰ ਹੈਗੀ ਸ਼ੱਕ ਆ ਉਹਨਾਂ ਨੂੰ ਲਿਆ ਕੇ ਵੈਰੀਫਾਈ ਕੀਤਾ ਜਾਊ। ਰੇਡ ਕੀਤਾ ਵਾ ਜੀ,